ਦਰਸ਼ਕੋ ਕਰਤਾਰਪੁਰ ਕੋਰੀਡੋਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਜਦੋਂ ਤੋਂ 9 ਨਵੰਬਰ ਤੋਂ ਪਿਛਲੇ ਸਾਲ ਤੋਂ ਕਰਤਾਰਪੁਰ ਕੋਰੀਡੋਰ ਭਾਰਤ ਅਤੇ ਪਾਕਿਸਤਾਨ ਵਾਲੀ ਸਾਈਡ ਤੋਂ ਫਾਰਮਲੀ ਸ਼ੁਰੂ ਹੋਇਆ ਹੈਗਾ, ਉਦੋਂ ਤੋਂ ਹੀ ਜਿਹੜੇ ਇਨਵੈਸਟਰਸ ਹੈਗੇ ਆ ਉਹਨਾਂ ਦਾ ਵਿਸ਼ੇਸ਼ ਖਿੱਚ ਦਾ ਇਹ ਕੇਂਦਰ ਰਿਹਾ ਹੈਗਾ। ਪਰ ਅਨਫੋਰਚੁਨੇਟਲੀ ਵਿੱਚ ਵਿੱਚ ਖਬਰਾਂ ਆਈਆਂ ਸੀ, ਬਹੁਤ ਤੇਜ਼ੀ ਨਾਲ ਵਿਕਾਸ ਹੋਣੇ ਦੀ ਸੰਭਾਵਨਾ ਸੀ, ਜਿਹੜਾ ਕਿ ਅਜੇ ਤਾਈਂ ਨਹੀਂ ਹੋਇਆ ਹੈਗਾ। ਪਰ ਹੁਣ ਅੱਜ ਹੀ ਮੈਂ ਜਿਹੜਾ ਹੈਗਾ ਕੈਮਰਾ ਟੀਮ ਨਾਲ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਗਿਆ ਸੀ, ਉੱਥੇ ਮਿਸਟਰ ਦੀਕਸ਼ਿਤ ਅਰੋੜਾ ਮੈਨੂੰ ਮਿਲੇ ਹੈਗੇ। ਉਹਨਾਂ ਦੀ ਦਿੱਲੀ ਬੇਸਡ ਕੰਪਨੀ ਜਿਹੜੀ ਹੈਗੀ ਆ ਉਹ ਇੱਥੇ 300 ਕੋਰੀਡੋਰ ਵਿਲਾਜ਼ ਖੋਲ੍ਹਣੇ ਦੀ ਪਲੈਨਿੰਗ ਕਰ ਰਹੀ ਆ। ਉਹਨਾਂ ਨੇ ਮੈਨੂੰ ਦੱਸਿਆ ਹੈਗਾ ਇਹ ਕਾਫੀ ਹੱਦ ਤੱਕ ਉਹਨਾਂ ਦਾ ਜਿਹੜਾ ਗਰਾਊਂਡ ਲੈਵਲ ਦਾ ਕੰਮ ਪੂਰਾ ਹੋ ਗਿਆ ਹੈਗਾ ਅਤੇ ਅਪ੍ਰੈਲ ਮਹੀਨੇ ਉਹਨਾਂ ਨੇ ਫਾਰਮਲੀ ਇਹ ਕੰਮ ਸ਼ੁਰੂ ਕਰਨਾ ਅਤੇ 6 ਮਹੀਨੇ ਵਿੱਚ ਵਿਲਾ ਬਣ ਕੇ ਕੰਪਲੀਟ ਹੋ ਜਾਣਾ ਹੈਗਾ। 300 ਵਿਲੇ ਦਾ ਜਿਹੜਾ ਪਹਿਲਾ ਪ੍ਰੋਜੈਕਟ ਆ, 100 ਵਿਲਾ ਜਿਹੜੇ ਹੈਗੇ ਆ ਅਗਸਤ ਦੇ ਐਂਡ ਤੱਕ ਕੰਪਲੀਟ ਹੋ ਜਾਣਗੇ, ਜਿਹਦੇ ਵਿੱਚ ਬੇਸਿਕਲੀ NRI ਉਹ ਪਾਰਟੀਸਪੇਟ ਕਰ ਸਕਦੇ, ਇੱਥੇ ਆ ਕੇ ਰਹਿ ਸਕਦੇ ਹੈਗੇ, ਵਾਰਡ ਲੈਵਲ ਦੀਆਂ ਫੈਸਿਲਿਟੀਜ਼ ਉਹਨਾਂ ਨੂੰ ਮਿਲਣਗੀਆਂ। ਨਾਲ ਉਹਨਾਂ ਨੇ ਇਹ ਵੀ ਦੱਸਿਆ ਮਿਸਟਰ ਅਰੋੜਾ ਨੇ 40 ਕੰਟਰੀ ਤੋਂ NRI ਜਿੱਥੇ ਸਿੱਖ ਕੌਮ ਪੰਜਾਬੀ ਲੋਕ ਜ਼ਿਆਦਾ ਰਹਿੰਦੇ ਆ ਉਹ ਪ੍ਰੋਪਰਲੀ ਇਸ ਪ੍ਰੋਜੈਕਟ ਨੂੰ ਪਬਲਿਸਾਈਜ਼ ਕਰਨਗੇ, ਔਨਲਾਈਨ ਬੁਕਿੰਗ ਦੀ ਸਹੂਲਤ ਵੀ ਦੇਣਗੇ। ਜੇ ਕਿਸੇ ਨੇ ਔਨਲਾਈਨ ਇੱਧਰ ਵੀਜ਼ਾ ਲੈਣਾ ਹੈਗਾ, ਮਤਲਬ ਵੀਜ਼ੇ ਦੀ ਤਾਂ ਜ਼ਰੂਰਤ ਨਹੀਂ, ਇੱਧਰੋਂ ਕੋਰੀਡੋਰ ਲਈ ਬੁਕਿੰਗ ਕਰਨੀ ਹੈਗੀ ਉਹ ਵੀ ਉਹ ਜਿਹੜੀ ਹੈਗੀ ਉਹਨਾਂ ਦੀ ਕੰਪਨੀ ਸਹੂਲਤ ਦੇਵੇਗੀ। ਪਰਪਸ ਇਹ ਹੈਗਾ ਇਹ ਐਡਾ ਵੱਡਾ ਕੋਰੀਡੋਰ ਖੁੱਲ੍ਹਿਆ ਹੈਗਾ, ਇਹਨੂੰ ਇੰਟਰਨੈਸ਼ਨਲ ਲੈਵਲ 'ਤੇ ਪੂਰੇ ਕੰਟਰੀਆਂ ਵਿੱਚ ਇੰਗਲੈਂਡ, ਕੈਨੇਡਾ, ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਗਲਫ ਵਿੱਚ ਜਾਂ ਉਹ ਹੋਰ ਕੰਟਰੀ ਜਿੱਥੇ ਸਿੱਖ ਜਾਂ ਪੰਜਾਬੀ ਪਾਪੂਲੇਸ਼ਨ ਜ਼ਿਆਦਾ ਰਹਿੰਦੀ ਉੱਥੇ ਪ੍ਰੋਪਰਲੀ ਉਹਨਾਂ ਨੂੰ ਪਬਲਿਸਾਈਜ਼ ਕਰਕੇ ਇਹ ਕੋਰੀਡੋਰ ਵਿਲਾ ਵਿੱਚ ਇੱਥੇ ਆਰਾਮ ਦੀ ਉਹ ਇੱਥੇ ਰਹਿ ਕੇ ਅਤੇ ਫਿਰ ਉੱਧਰ ਵਿਜ਼ਿਟ ਕਰ ਸਕਦੇ ਹੈਗੇ। ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਦੱਸਿਆ ਵੀ ਔਨਲਾਈਨ ਜਿਹੜੀ ਬੁਕਿੰਗ ਦੀ ਫੈਸਿਲਿਟੀ ਜਾਂ ਪੈਕੇਜ ਟੂਰ ਵੀ ਉਹਨਾਂ ਦੀ ਕੰਪਨੀ ਉਹਦੇ ਵਾਸਤੇ ਪਲੈਨ ਕਰ ਰਹੀ ਹੈਗੀ ਆ। ਬਾਕੀ ਗੱਲਬਾਤ ਬਾਅਦ 'ਚ ਕਰਦੇ ਹਾਂ, ਪਹਿਲਾਂ ਮਿਸਟਰ ਦੀਕਸ਼ਿਤ ਅਰੋੜਾ ਨਾਲ ਮੁਲਾਕਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਕੀ ਨਾਂ ਤੁਹਾਡਾ? ਦੀਕਸ਼ਿਤ ਅਰੋੜਾ। ਹਾਂ, ਅੱਜ ਤੁਸੀਂ ਡੇਰਾ ਬਾਬਾ ਨਾਨਕ ਕੋਰੀਡੋਰ 'ਤੇ ਕਿਵੇਂ ਆਏ ਹੋ ਅਰੋੜਾ ਜੀ? ਮੈਂ ਤਾਂ ਇਹੀ ਪਿਓ ਜੀ, ਪਿਛਲੇ 6 ਮਹੀਨੇ ਸੇ ਪ੍ਰੋਜੈਕਟ ਦੀ ਤਿਆਰੀ ਕਰ ਰਹਾ ਹੂੰ। ਅੱਛਾ। ਕੰਮ ਵਗੈਰਾ ਐਡਮਿਨਿਸਟ੍ਰੇਸ਼ਨ ਕੇ ਸਾਥ ਮਿਲ ਕੇ ਹਮਨੇ ਸਾਰੀ ਫੈਸਿਲਿਟੇਟ ਕਰਾਈ ਹੈ ਹਮਾਰੇ ਐਡਮਿਨਿਸਟ੍ਰੇਸ਼ਨ ਨੇ। ਅੱਛਾ ਜੀ। ਯਹਾਂ ਪ੍ਰੋਜੈਕਟ ਲਾਣੇ ਕੀ ਤਿਆਰੀ ਕਰ ਰਹੇ ਹਾਂ ਹਮ। ਅੱਛਾ ਜੀ। ਔਰ 300 ਵਿਲਾਸ ਲੈ ਕੇ ਆ ਰਹੇ ਹੈ ਜੋ ਦੂਰ ਦੂਰ ਸੇ NRIs ਲੋਕ ਆਤੇ ਹੈ, ਯਹਾਂ ਪਰ ਜਿਨਕੋ ਕੋਈ ਇੰਤਜ਼ਾਮਾਤ ਨਹੀਂ ਹੈ। ਅੱਛਾ ਜੀ। ਉਨਕੇ ਰਹਿਣੇ ਕੀ ਯਹਾਂ ਪਰ ਫੈਸਿਲਿਟੀ ਤਿਆਰ ਕਰ। ਅੱਛਾ। ਲੈਂਡ ਵਗੈਰਾ ਪ੍ਰੋਸੈਸ ਹੋ ਗਿਆ ਸਾਰਾ? ਹਾਂਜੀ ਹਾਂਜੀ, ਸਾਰਾ ਪ੍ਰੋਸੈਸ ਹੋ ਗਿਆ ਜੀ, ਪਰਮਿਸ਼ਨ ਵੀ ਪ੍ਰੋਸੈਸ ਹੋ ਚੁੱਕੀ ਹੈ। ਅੱਛਾ। ਅੰਦਰ ਪ੍ਰੋਸੈਸ ਹੈ ਸਾਰੀ, ਬਹੁਤ ਜਲਦੀ ਹਮਾਰੇ ਪਾਸ ਆ ਜਾਏਗੀ ਰਿਟਰਨ ਮੇਂ, ਔਰ ਉਸਕੇ ਬਾਅਦ ਹੀ ਹਮ ਗਰਾਊਂਡ ਪੇ ਕੰਮ ਸਟਾਰਟ ਕਰਦੇ। ਵੈਰੀ ਗੁੱਡ। ਇਨ ਦਾ ਫਸਟ ਫੇਜ਼ ਕਿਤਨਾ ਕੰਮ ਕਰਨੇ ਵਾਲੇ ਸ਼ੁਰੂ ਮੇਂ? ਮਤਲਬ 3 ਫੇਸਿਸ ਮੇਂ ਕੰਪਲੀਟ ਕਰਾਂਗੇ, 300 ਵਿਲਾਸ 100 ਕੇ ਸਾਥ ਹਮ ਲੋਗ ਆਪਰੇਸ਼ਨ ਸਟਾਰਟ ਕਰ ਦੇਂਗੇ। ਅੱਛਾ। ਔਰ 40 ਕੰਟਰੀ ਮੇਂ ਹਮ ਇਨਕਾ ਪ੍ਰਚਾਰ ਸ਼ੁਰੂ ਕਰ ਰਹੇ ਹੈ ਸਾਥ ਮੇਂ। ਮੋਸਟਲੀ ਯੂਰੋਪੀਅਨ ਐਂਡ ਅਮਰੀਕਨ ਕੰਟਰੀ ਜਾਂ ਆਸਟ੍ਰੇਲੀਅਨ ਸਾਰੇ, ਜਹਾਂ ਜਹਾਂ ਵੀ ਹਮਾਰੇ ਪੰਜਾਬੀ ਭਾਈ ਲੋਗ। ਹਾਂ ਹਾਂ, ਚਲੋ ਬੜੀਆ ਜੀ, ਤਾਂ ਬਹੁਤ ਅੱਛਾ ਕਦਮ ਹੈ। ਐਸੇ ਆਪ ਜੈਸੇ ਕੁਛ ਔਰ ਜੋ ਇਨਵੈਸਟਰਸ ਆਏਂਗੇ ਤੋ ਜੇ ਕੋਰੀਡੋਰ ਵਰਲਡ ਲੈਵਲ ਕਾ ਕੋਰੀਡੋਰ। ਬਿਲਕੁਲ ਬਿਲਕੁਲ। ਵੈਸੇ ਆਪਨੇ ਇਸਕੀ ਕਮਰਸ਼ਲ ਵਾਇਬਿਲਿਟੀ ਵੀ ਦੇਖ ਲਈ ਹੈ ਸਭੀ? ਸਰ
कमर्शियल वायबिलिटी तो देखते रहेंगे, पहले बाबा नानक का काम इतना बड़ा, वो सबसे जरूरी है। हाँ भाई, बाबा नानक का आशीर्वाद ले लो, वो तो होएगा होएगा, वो कंट्रीब्यूशन सबसे जरूरी है, वायबिलिटी तो चलती रहेगी। हाँ जी, कोई बहुत बड़ी चैलेंज नहीं। चलो बढ़िया। ये कॉरिडोर के बारे में क्या कहना चाहते हैं वैसे? बहुत अच्छी बात है, बड़ी खुशी की बात है, बहुत सालों बाद हमारे सभी सिख भाइयों के लिए दर्शन खुले हैं, तो आप देख ही रहे हैं कितना रश है, कितने लोग आ रहे हैं जी। आज कोई मैंने दादर में आधा घंटा हुआ, कम से कम मुझे लगे 8-10 हजार तो लोग आते हैं। एब्सोल्युटली, यहाँ पर देखने के लिए आते हैं और दर्शन के लिए भी 2.5 से 3 हजार लोग रोज के अब जाना शुरू हो चुके हैं। हाँ जी, हाँ जी, तो धीरे धीरे आगे बढ़ेंगे। ये अभी फैसिलिटी है नहीं यहाँ पे, तो वो भी एक बहुत बड़ा चैलेंज आता है, तो फैसिलिटी लेके आ रहे हैं हम लोग। तो ये जो विलाज आप सोच रहे हैं, ये आप सेल करोगे या रेंट आउट करोगे? नहीं जी नहीं, ये इसको रिजॉर्ट की तरह चलाएंगे, रिजॉर्ट टेंट विलाज हैं, टेंट विलाज, यहाँ पर रह सकते हैं, सारा खाने पीने की फैसिलिटी सब साथ में होगी। अच्छा अच्छा, और रहने के लिए सारा कुछ होगा। तो उनका कुछ लाइजनिंग वो इधर आएंगे कि जहाँ उनके साथ कोई पैकेज टूर करेंगे? पैकेज टूर भी करेंगे, ऑनलाइन भी करेंगे, ऑनलाइन साथ में वीजा के लिए असिस्टेंस भी देंगे। अच्छा, वीजा के लिए यदि किसी ने, हाँ मान लो 10-12 दिन का क्वेश्चन लेके आए, उनका लिए वो जो वो भी करेंगे। चलो, ये तो बहुत अच्छा कदम है। आप ये जो हमारे बाहर के NRIs हैं, उनकी बहुत श्रद्धा है, उधर जाना चाहते हैं, उनको क्या मैसेज देना चाहते हैं? मैसेज यही देना चाहता हूँ कि बहुत बढ़िया खुले दर्शन दीदार के हैं, वो आए अपना कंट्रीब्यूशन दें। यहाँ पर बहुत जल्दी उनके रहने का इंतजाम भी होने वाला है, तो किसी भी चीज से डरे नहीं, कोई वीजा की वो स्टैम्प से जो आज सबको वहम चलता है वो डरे नहीं, ऐसा कुछ नहीं है। दर्शन के लिए जाना है तो मन साफ करके आइए, बहुत बढ़िया। चलो, ऑल द बेस्ट, थैंक यू वेरी मच। हाँ जी पट्टी जी, तुम कॉरिडोर आयो की कहना चाहते हो? सत श्रीकाल जी सारिआं, जिस तरह के हमने देखा है कॉरीडोर विलास बोल रहे मेरे दोस्त ने दीक्षित अरोड़ा, अक्सर मैं इन्होंने नाल देखते हैं उन्होंने, बड़ी खुशी वाली गल है कि बड़े सालों बाद साड़ी अरदास पूरी हुई है, गुरदावान के दर्शन सानू नहीं हो रहे, खुले दर्शन दार सानू बख्शे जा। सरकार का भी बड़ा वधिया कदम है, दोवां सरकारां ने बहुत वधिया काम किया, ये कॉरीडोर खुल गया। पहला तो थोड़े जे घट लोग जा रहे थे, पर हूँ दिनों दिन बढ़ते जा रहे हैं, तो उम्मीद है कि आने वाले दिनों हज़ारों की गिनती रोज संख्या जाएगा। बहुत अच्छा। अच्छा, एक बात मैं भूल गया अरोड़ा साहब, जो कब जो पहला प्रोसेस शुरू हो जाएगा अंदाजन? सर बाय अप्रैल मंथ वी आर एक्सपेक्टिंग टू स्टार्ट द ग्राउंड वर्क। अच्छा, और पहले 3 से 4 महीने में वी शुड बी रेडी विद द ऑपरेशंस विद 100 विलास। मतलब समझो एक कमिंग सीजन में अब यहाँ रह पाएंगे, NRI सीजन मतलब 8-9 महीने के बाद? नहीं, 5 से 6 महीने तक, 5-6 महीने तक जो फर्स्ट 100 का लॉट। हाँ जी, वो तैयार कर लेंगे। एब्सोल्युटली। अच्छा, चलो, ऑल द बेस्ट, बहुत बढ़िया, बाबा नानक की कृपा हो। थैंक यू सो मच, थैंक यू, थैंक यू, थैंक यू, थैंक यू। दर्शको, करतारपुर कॉरीडोर अजे भी संगतों का बहुत रश हैगा, ये 4 बसा लैके आए हैगे, होर देखो काफ़ी ज़्यादा कारा है दोनों पासे रोड दे, कोई इस वेले 3:30 बजे हैगे आ, पूरा रौनक मेला हैगा, ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਹੈਗੀ, ਸਿਰਫ ਜੇ ਕਮੀ ਹੈਗੀ ਆ ਤਾਂ ਉਹ ਪਾਸਪੋਰਟ ਜਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਹੈ, ਅਸੀਂ ਕੁਛ ਸ਼ਰਧਾਲੂਆਂ ਨਾਲ ਵੀ ਗੱਲਬਾਤ ਕਰਦੇ ਹੈਗੇ। ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਕੋਰੀਡੋਰ 'ਤੇ ਹਾਂ, ਇੱਕ ਪੂਰੀ ਫੈਮਿਲੀ ਜਿਹੜੀ ਤੁਸੀਂ ਦੇਖ ਰਹੇ ਹੋ ਪਵਿੱਤਰ ਨਗਰੀ ਅਨੰਦਪੁਰ ਸਾਹਿਬ ਤੋਂ ਆਏ ਹੈਗੇ ਆ, ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਸਰ ਸਾਹਿਬ, ਤੁਹਾਡਾ ਨਾਂ ਕੀ ਆ? ਮੇਰਾ ਨਾਂ ਜਸਵੰਤ ਸਿੰਘ ਆ ਜੀ। ਅਤੇ ਕੀ ਕਰਦੇ ਹੋ ਜਸਵੰਤ ਸਿੰਘ ਜੀ ਤੁਸੀਂ? ਮੈਂ ਵੈਟਰਨਰੀ ਡਾਕਟਰ ਹਾਂ ਜੀ, ਪ੍ਰਾਈਵੇਟ। ਹਾਂਜੀ, ਵੈਟਰਨਰੀ ਡਾਕਟਰ ਪ੍ਰਾਈਵੇਟ। ਵਾਹ ਵਾਹ ਵਾਹ, ਕਿੰਨੇ ਕੁ ਪੈਸੇ ਚੰਗੇ ਕਮਾ ਲੈਂਦੇ ਹੋ? ਠੀਕ ਠੀਕ ਹੈ ਜੀ। ਅੱਛਾ, ਅੱਜ ਤੁਸੀਂ ਕੋਰੀਡੋਰ ਆਏ, ਕਿਵੇਂ ਮਨ ਖੁਸ਼ ਹੋ ਗਿਆ? ਬਹੁਤ ਵਧੀਆ ਜੀ। ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਆਏ ਜੀ। ਵਾਹ ਵਾਹ, ਫਿਰ ਰੌਣਕ ਮੇਲਾ ਚੰਗਾ ਦੇਖਿਆ, ਰੌਣਕ ਮੇਲਾ ਤਾਂ ਚੰਗਾ ਹੈਗਾ ਇਸ ਵੇਲੇ, ਹੈ ਨਾ? ਅੱਛਾ, ਚਲੋ ਹੁਣ ਦਰਸ਼ਨ ਤਾਂ ਕਰ ਲਏ, ਹੁਣ ਗੁਰਦੁਆਰਾ ਸਾਹਿਬ ਦਾ ਜੋ ਮੌਸਮ ਦਾ ਸੋਹਣਾ ਹੈਗਾ ਨਾ, ਬਹੁਤ ਵਧੀਆ ਜੀ। ਨੰਗੀ ਅੱਖ ਨਾਲ ਕੀਤਾ ਕਿ ਦੂਰਬੀਨ ਰਾਹੀਂ? ਨਹੀਂ, ਨੰਗੀ ਅੱਖ ਨਾਲ। ਅੱਛਾ ਅੱਛਾ, ਸੋਹਣਾ ਹੈਗਾ। ਤੁਹਾਡਾ ਪਾਸਪੋਰਟ ਬਣਿਆ ਕਿ ਨਹੀਂ ਅਜੇ, ਪਹਿਲਾਂ ਦੱਸੋ? ਪਾਸਪੋਰਟ ਤੇ ਬਣਿਆ ਜੀ। ਫਿਰ ਗਏ ਕਿ ਨਹੀਂ ਉਧਰ? ਮੂੜ ਗਏ ਨਹੀਂ। ਕਿਉਂ ਨਹੀਂ? ਵੈਸੇ ਜੇ ਮਨ ਬਣਾ ਰਹੇ ਜਾਣ ਦਾ। ਹਾਂਜੀ, ਪ੍ਰੋਸੀਜਰ ਪਤਾ ਲੱਗ ਗਿਆ ਤੁਹਾਨੂੰ? ਹਾਂਜੀ ਪਤਾ ਜੀ। ਆਨਲਾਈਨ ਬੁਕਿੰਗ ਕਰਾ ਕੇ ਜੀ? ਹਾਂਜੀ, 10-12 ਦਿਨ ਦਾ ਗੈਪ ਨਾ, ਜਦੋਂ ਮਰਜ਼ੀ ਜਾ ਸਕਦੇ। ਹਾਂਜੀ ਹਾਂਜੀ, ਇਹ ਵੈਸੇ ਇੱਥੇ ਪੂਰਾ ਇਹ ਕੰਪਲੈਕਸ ਦੇਖ ਕੇ ਪੂਰਾ ਮਨ ਨੂੰ ਖੁਸ਼ ਹੋਈ ਕਿ ਨਹੀਂ? ਬਹੁਤ ਵਧੀਆ ਜੀ, ਬਹੁਤ। ਅੱਛਾ, ਚਲੋ, ਇਹਨਾਂ ਦੋਨੋਂ ਦੇਸ਼ਾਂ ਦੀ ਦੋਸਤੀ ਵੀ ਹੋ ਸਕਦੀ ਹੈ? ਬਹੁਤ, ਚਿਰਾਂ ਦੀਆਂ ਅਰਦਾਸਾਂ ਕਰ ਰਹੇ ਸੀ, ਬਿਮਾਰੀਆਂ ਪੂਰੀਆਂ ਕੀਤੀਆਂ ਸਾਡੀਆਂ। ਚਲੋ ਚਲੋ ਚਲੋ, ਵਧੀਆ, ਆਲ ਦੀ ਬੈਸਟ। ਹਾਂਜੀ ਭਾਈ ਸਾਹਿਬ, ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਗੁਰਿੰਦਰ ਸਿੰਘ। ਕੀ ਕਰਦੇ ਗੁਰਿੰਦਰ ਸਿੰਘ ਜੀ? ਮੈਂ ਜੀ ਗੋਦਰੇ ਕਾਸਮੈਟਿਕ ਦੀ ਲੈਬੋਰਟਰੀ 'ਚ ਕੰਮ ਕਰਦਾ। ਅੱਛਾ, ਕਿਹੜੀ ਜਗ੍ਹਾ? ਮੈਂ ਬੱਦੀ, ਹਿਮਾਚਲ। ਬੱਦੀ, ਹਿਮਾਚਲ 'ਚ। ਅੱਛਾ, ਕਿਵੇਂ ਇੱਥੇ ਪਹਿਲੀ ਵਾਰੀ ਆਏ ਲਾਂਗੇ ਤੇ? ਹਾਂਜੀ, ਪਹਿਲੀ। ਕਿੱਦਾਂ ਮਨ ਖੁਸ਼ ਹੋ ਗਿਆ? ਬਹੁਤ ਵਧੀਆ ਲੱਗਾ। ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ?
ਇਹੀ ਹੈ ਜੀ, ਇਹਨਾਂ ਚੀਜ਼ਾਂ ਨਾਲ ਸਾਡੇ ਦੋਵਾਂ ਦੇਸ਼ਾਂ ਦਾ ਇੱਕ ਪਿਆਰ ਵਧੂਗਾ। ਹਾਂਜੀ ਹਾਂਜੀ, ਇੱਕ ਹੈ ਜੀ ਸਾਨੂੰ ਉੱਧਰ ਜਾ ਕੇ ਆਪਣੇ ਗੁਰੂ ਧਾਮਾਂ ਦੇ ਮੱਥਾ ਟੇਕਣ ਦਾ ਦਰਸ਼ਨ ਕਰਨ ਦਾ ਜੀ ਸਬੱਬ ਪੈਦਾ ਹੋ ਰਿਹਾ ਜੀ। ਹਾਂਜੀ ਹਾਂਜੀ, ਤੁਹਾਡਾ ਬਣਿਆ ਪਾਸਪੋਰਟ ਕਿ ਨਹੀਂ ਜੀ? ਬਣਿਆ ਹੋਇਆ। ਬਸ ਫਿਰ ਕੀ ਆ, ਬੁਕਿੰਗ ਕਰਾਓ ਤੇ ਜਾਓ। ਹਾਂਜੀ ਬੱਚੇ, ਕੀ ਨਾਂ ਤੁਹਾਡਾ? ਮੈਨੂੰ ਦੱਸੋ ਪੰਜਾਬ ਚ ਕਿੱਦਾਂ ਦਾ ਟ੍ਰੈਂਡ ਹੈ, ਕਿੱਦਾਂ ਦੇ ਕੇਸ ਹਾਈ ਕੋਰਟ ਚ ਅੱਜ ਕੱਲ ਜ਼ਿਆਦਾ ਆ ਰਹੇ ਹੈ? ਟ੍ਰੈਂਡ ਇਹ ਹੈ ਕਿ ਥੋੜਾ NTPS ਥੋੜਾ ਨਸ਼ੇ ਦੇ ਜ਼ਿਆਦਾ ਆ ਰਹੇ ਆ। ਅੱਛਾ, ਰੀਜ਼ਨ ਕਿ ਸਰਕਾਰਾਂ ਵੀ ਕਰ ਰਹੀਆਂ, ਪੁਲਿਸ ਪ੍ਰਸ਼ਾਸਨ ਵੀ ਕੰਮ ਕਰ ਰਿਹਾ ਵਾ ਇਹਦੇ ਵੀ ਠੱਲ ਪਾਉਣ ਵਾਸਤੇ, ਪਰ ਜਿੰਨਾ ਚਿਰ ਇਹਨਾਂ ਵਿੱਚ ਵੱਡੀਆਂ ਮੱਛੀਆਂ ਜਿਹੜੀਆਂ ਉਹ ਨਹੀਂ ਕਾਬੂ ਆਉਂਦੀਆਂ, ਛੋਟੇ ਡੀਲਰ ਤੱਕ ਤਾਂ ਪੁਲਿਸ ਵੀ ਪਹੁੰਚ ਕਰ ਲੈਂਦੀ ਆ, ਪੜੇ ਵੀ ਜਾਂਦੇ ਆ, ਬੜੇ ਕੇਸ ਉਹ ਤਾਂ ਫਿਰ ਵੱਡੇ ਮਗਰਮੱਛਾਂ ਅਜੇ ਨਹੀਂ ਪਹੁੰਚ ਹੋਈ, ਉਹਨਾਂ ਤੱਕ ਕੋਈ ਪਹੁੰਚ ਨਹੀਂ ਹੈਗੀ। ਛੋਟੇ ਸਿਰਫ ਬੰਦਿਆਂ ਤੱਕ ਪਹੁੰਚ ਹੁੰਦੀ ਹੈ ਤੇ ਅੱਗੇ ਕੋਈ ਕਾਰਵਾਈ ਪ੍ਰੋਪਰ ਨਹੀਂ ਚੱਲਦੀ ਹੈਗੀ। ਅੱਜ ਤਾਂ ਪੁਲਿਸ ਵਾਲੇ ਪਤਾ ਲੱਗਦਾ ਝੂਠੇ ਕੇਸ ਬਣਾ ਦਿੰਦੇ ਗਰੀਬ ਬੰਦਿਆਂ ਦੇ, ਉਹ ਨਜਾਇਜ਼ ਵੀ ਕਈ ਬੰਦੇ ਫੜੇ ਜਾਂਦੇ ਆ, ਨਜਾਇਜ਼ ਉਹ ਹੁੰਦੇ ਆ ਜਿਹੜੇ ਨਸ਼ਾ ਕਰਦੇ ਆ, ਉਹਨਾਂ ਨੂੰ ਨਸ਼ਾ ਤਸਕਰ ਬਣਾ ਦਿੰਦੇ ਆ, ਜਦਕਿ ਉਹਨਾਂ ਨੂੰ ਸਗੋਂ ਉਹ ਤਾਂ ਵਿਕਟਮ ਹੈ ਵਿਚਾਰੇ, ਵਿਕਟਮ ਹੈ, ਉਹਨਾਂ ਨੂੰ ਸਗੋਂ ਇਸ ਚੀਜ਼ ਤੋਂ ਦੂਰ ਕਰਨ ਵਾਸਤੇ ਸਾਨੂੰ ਉਪਰਾਲਾ ਕਰਨਾ ਚਾਹੀਦਾ। ਤੇ ਅੱਜ ਅਸੀਂ ਇੱਥੇ ਆਏ ਹਾਂ, ਪਹਿਲਾਂ ਵੀ ਮੈਂ ਇੱਕ ਵਾਰੀ ਆਇਆ ਜਦੋਂ ਇਹ ਕੋਰੀਡੋਰ ਨਹੀਂ ਸੀ ਬਣਿਆ। ਅੱਛਾ, ਤੇ ਨੰਗੀ ਅੱਖ ਰਾਹੀਂ ਬਹੁਤ ਅੱਗੇ ਝਾੜੀਆਂ ਸੀਗੀਆਂ ਜਾਂ ਕੁਛ ਵੀ ਹੈ, ਸਾਫ਼ ਨਹੀਂ ਦੇਖਦਾ, ਹੁਣ ਤਾਂ ਬਿਲਕੁਲ ਸਾਫ਼ ਕਲੀਅਰ ਦੇਖ ਰਿਹਾ, ਸਾਹਮਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋ ਰਹੇ ਆ। ਤੇ ਹੁਣ ਇਹਦੇ ਦਾਦਾ ਦਾਦੀ ਦਾ ਵੀ ਬਣਾਉਣਾ ਹੈ ਪਾਸਪੋਰਟ, ਉਹ ਗੁਰਦੁਆਰਾ ਸਾਹਿਬ ਸਰਵਿਸ ਕਰਦੇ ਆ, ਅਨੰਦਪੁਰ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਦੇ ਵਿੱਚ ਆ। ਤੇ ਹੁਣ ਉਹਨਾਂ ਨੇ ਵੀ ਪਾਸਪੋਰਟ ਬਣਾ ਕੇ ਫਿਰ ਉਹਨਾਂ ਨੂੰ ਨਾਲ ਲੈ ਕੇ ਫਿਰ ਦਰਸ਼ਨ ਕਰਕੇ ਆਵਾਂਗੇ। ਚਲੋ, ਤੁਸੀਂ ਕੋਰੀਡੋਰ ਖੁੱਲਣ ਤੋਂ ਬਾਅਦ ਪਹਿਲੀ ਵਾਰੀ ਆਏ ਸੀ? ਕੋਰੀਡੋਰ ਖੁੱਲਣ ਤੋਂ ਬਾਅਦ ਪਹਿਲੀ ਵਾਰੀ ਆਇਆ ਜੀ। ਪਹਿਲੀ ਵਾਰੀ ਕਿਦਾਂ, ਮਨ ਖੁਸ਼ ਹੋ ਗਿਆ? ਮਨ ਖੁਸ਼ ਹੋਇਆ, ਬਹੁਤ ਵਧੀਆ ਇਨੀਸ਼ੀਏਟਿਵ ਲਿਆ ਵਾ ਦੋਨਾਂ ਸਰਕਾਰਾਂ ਨੇ। ਹਾਂਜੀ, ਅਸੀਂ ਇੱਕ ਸਰਕਾਰ ਦਾ ਨਹੀਂ ਕਹਿ ਸਕਦੇ, ਪਾਕਿਸਤਾਨ ਸਰਕਾਰ ਨੇ ਵੀ ਤੇ ਆਪਣੀ ਭਾਰਤ ਸਰਕਾਰ ਨੇ ਵੀ, ਦੋਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ, ਬਹੁਤ ਵਧੀਆ ਇੱਥੇ ਬਿਲਡ, ਇੰਨੀ ਜਲਦੀ ਇਹੋ ਜਿਹੇ ਕੋਰੀਡੋਰ ਬਣਾਉਣਾ ਬੜੀ ਵੱਡੀ ਗੱਲ ਹੈ। ਤੇ ਇਸ ਥੋੜ੍ਹੇ ਸਮੇਂ ਦੇ ਵਿੱਚ ਇਹ ਹੈ ਕਿ ਦੋਨਾਂ ਸਰਕਾਰਾਂ ਦਾ ਚੰਗਾ ਹੈ ਕਿ ਦੋਨਾਂ ਇਹ ਇੱਕ ਪਰਿਵਾਰ ਹੈ ਜਿਹਨੂੰ ਇਹ ਅਸਲ ਦੇ ਵਿੱਚ ਜੇ ਇਹ ਛੋਟੇ ਛੋਟੇ ਰਸਤੇ ਜਿਹੜੇ ਆ ਇਹ ਖੁੱਲਣਗੇ ਤੇ ਆਪਣਾ ਦੋਨਾਂ ਦੇਸ਼ਾਂ ਦਾ ਮਿਲਾਪ ਹੋਊਗਾ, ਕਿਉਂਕਿ ਦੋਨਾਂ ਦੇਸ਼ਾਂ ਦੀ ਆਵਾਮ ਜਿਹੜੀ ਉਹ ਨਹੀਂ ਚਾਹੁੰਦੀ ਅਲੱਗ ਹੋਣਾ, ਤੇ ਬੜਾ ਪਿਆਰ ਆ, ਪ੍ਰੇਮ ਆ, ਕਿਉਂਕਿ ਸਾਡਾ ਐਡਵੋਕੇਟਸ ਦਾ ਅੱਗੇ ਵੀ ਆਲਰੇਡੀ ਪਹਿਲਾਂ ਗਿਆ ਹੋਇਆ ਇੱਧਰ, ਉਸ ਟਾਈਮ ਅਸੀਂ ਜਾ ਨਹੀਂ ਸਕਦੇ। ਅੱਛਾ, ਵਫਦ ਗਿਆ ਸੀ ਐਡਵੋਕੇਟ? ਹਾਂਜੀ ਹਾਂਜੀ ਗਿਆ ਸੀਗਾ ਹਾਈਕੋਰਟ ਤੋਂ, ਸਾਡੇ ਐਡਵੋਕੇਟ 500-600 ਐਡਵੋਕੇਟ ਗਿਆ ਸੀਗਾ ਪਹਿਲਾਂ ਵੀ। 500-600? ਹਾਂਜੀ 500-600 ਐਡਵੋਕੇਟ ਗਿਆ ਸੀ। ਵੈਰੀ ਗੁੱਡ। ਹਾਂਜੀ ਹਾਂਜੀ, ਸਾਡੇ ਪ੍ਰਧਾਨ ਜੀ ਨੇ ਕਿਹਾ ਸੀਗਾ ਉਸ ਟਾਈਮ ਨਹੀਂ ਹੋਣਾ ਹੈ ਕਿ ਵਿਦ ਫੈਮਿਲੀ ਅਸੀਂ ਜਾ ਰਹੇ ਹਾਂ। ਸਾਰੇ ਤੁਹਾਡਾ ਪਾਸਪੋਰਟ ਤਾਂ ਬਣਿਆ ਹੋਣਾ? ਸਾਰਿਆਂ ਦਾ ਬਣਿਆ ਹੋਇਆ, ਇਹਨਾਂ ਦਾ ਵੀ ਬਣਾ ਤਾ, ਸਿਰਫ ਇਹਦੇ ਦਾਦਾ ਦਾਦੀ ਦਾ ਰਹਿ ਗਿਆ। ਚਲੋ, ਉਹਨਾਂ ਦਾ ਵੀ ਬਣਾਓ ਤੇ ਫਿਰ ਜਾ ਕੇ ਆਓ, ਗੁਰਦੁਆਰਾ ਸਾਹਿਬ ਬਹੁਤ ਖੂਬਸੂਰਤ ਬਣਾਇਆ ਹੈਗਾ। ਹਾਂਜੀ, ਜਾ ਕੇ ਆਵਾਂਗੇ। ਹਾਂਜੀ ਹਾਂਜੀ, ਬੱਚੇ ਤੇਰਾ ਕੀ ਨਾਂ ਕੀ ਆ? ਅਭਿਜੋਤ ਸਿੰਘ ਰੰਧਾਵਾ। ਅੱਛਾ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਥਰਡ ਏ। ਥਰਡ ਏ, ਕੋਈ ਪੋਇਮ ਸੁਣਾ ਦੇ ਕੋਈ ਪਹਿਲਾਂ, ਤਾਂ ਬਾਕੀ ਗੱਲ ਤਾਂ ਬਾਅਦ 'ਚ ਕਰਦੇ, ਕੋਈ ਯਾਦ ਹੈ ਕਿ ਨਹੀਂ? ਆਈ ਹੈਵ ਅਨਦਰ ਆਈਸ ਕ੍ਰੀਮ, ਪਲੀਜ਼ ਡਿਲੀਵਰ ਵਿਦ ਹੋਟ ਗਾਰਲਿਕ ਚੀਜ਼, ਵਿਦ ਜਸਟ ਅ ਡੇਸ ਆਫ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਅੱਛਾ, ਕੀ ਬਣਨਾ ਕੀ ਹੈ ਜ਼ਿੰਦਗੀ ਵਿੱਚ, ਵੱਡਾ ਹੋ ਕੇ ਵਕੀਲ ਬਣਨਾ, ਕੁਝ ਹੋਰ ਬਣਨਾ? ਸਾਇੰਟਿਸਟ ਤੇ ਵਕੀਲ ਵਿੱਚ ਜ਼ਿਆਦਾ। ਚਲੋ, ਅੱਜ ਇੱਥੇ ਆਇਆ, ਸੋਹਣਾ ਲੱਗਾ ਬੱਚੇ? ਚਲੋ ਵਧੀਆ। ਹਾਂਜੀ ਮੈਡਮ, ਤੁਹਾਡਾ ਨਾਂ ਕੀ ਆ? ਮੇਰਾ ਨਾਮ ਕੁਲਵਿੰਦਰ ਕੌਰ। ਆ ਕੀ ਕਰਦੇ ਹੋ ਮੈਡਮ ਤੁਸੀਂ? ਹਾਊਸ ਵਾਈਫ। ਬੜੇ ਜ਼ੋਰ ਨਾਲ ਕਹੋ ਹਾਊਸ ਵਾਈਫ, ਹਾਊਸ ਵਾਈਫ ਦਾ ਕੰਮ ਵੀ ਬੜਾ ਇੰਪੋਰਟੈਂਟ ਹੁੰਦਾ ਹੈਗਾ। ਵੈਸੇ ਪੜ੍ਹਿਆ ਲਿਖਿਆ ਕਿੰਨਾ ਕੁ ਤੁਸੀਂ? ਮੈਂ ਡਬਲ ਐਮ ਏ। ਓਹੋ, ਡਬਲ ਐਮ ਏ ਕਰਕੇ ਹਾਊਸ ਵਾਈਫ ਕੀ ਹੋ ਪਹਿਲਾਂ ਦੱਸੋ? ਦਰਸ਼ਕੋ, ਭਾਵੇਂ ਕੁਛ ਕੁ ਸਿਕਿਉਰਿਟੀ ਕੰਸਰਨ ਦੀਆਂ ਖਬਰਾਂ ਸੀ, ਗੁਰਦਾਸਪੁਰ ਦੇ 5 ਪਿਲਗ੍ਰਮ ਜਿਹੜੇ ਉੱਥੋਂ ਜਾ ਕੇ ਆਏ ਸੀ ਉਹਨਾਂ ਨੂੰ ਪੁਲਿਸ ਨੇ ਸਿਕਿਉਰਿਟੀ ਕੰਸਲਟੇਸ਼ਨ ਲਈ ਕੁਛ ਪੁੱਛਗਿੱਛ ਲਈ ਬੁਲਾਇਆ ਸੀ, ਪਰ ਫਿਰ ਵੀ ਇੱਦਾਂ ਦੇ ਇਸ਼ੂ ਦਾ ਭਾਵੇਂ ਅਸੈਂਬਲੀ ਵਿੱਚ ਵੀ ਪੋਲੀਟੀਸ਼ਨਾਂ ਇਹਦੇ ਬਾਰੇ ਕੀਤਾ ਸੀ, ਮਸਲਾ ਉਠਾਇਆ ਸੀ, ਪਰ ਫਿਰ ਵੀ ਇਹਦਾ ਬਿਲਕੁਲ ਕੋਰੀਡੋਰ 'ਤੇ ਕੋਈ ਅਸਰ ਨਹੀਂ। ਸ਼ਰਧਾਲੂਆਂ ਵਿੱਚ ਬਹੁਤ ਸ਼ਰਧਾ ਹੈਗਾ, ਉਤਸ਼ਾਹ ਹੈਗਾ, ਅਤੇ ਕਿਸੇ ਫੈਮਿਲੀ ਕੋਲ 2 ਦਾ ਪਾਸਪੋਰਟ ਬਣਿਆ, ਕਿਸੇ ਕੋਲ 1 ਦਾ, ਜਾਂ 2 ਦਾ ਨਹੀਂ ਹੈਗੀ, ਉਹ ਸਾਰਿਆਂ ਨੇ ਕਿਹਾ ਵੀ ਅਸੀਂ
ਸਾਰੇ ਪਾਸਪੋਰਟ ਜਲਦੀ ਬਣਾ ਕੇ ਪਲੈਨਿੰਗ ਕਰਕੇ ਜਾ ਰਹੇ ਹੈਗੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ। ਅਸੀਂ ਕੋਰੀਡੋਰ 'ਤੇ ਹੈ ਡੇਰਾ ਬਾਬਾ ਨਾਨਕ, ਇੱਥੇ ਡੇਰਾ ਬਾਬਾ ਨਾਨਕ ਦੇ ਇੱਕ ਦੋ ਫੈਮਿਲੀਆਂ ਦਾ ਗਰੁੱਪ ਆਇਆ ਹੈਗਾ, ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਹਾਂਜੀ ਭਾਈ ਸਾਹਿਬ, ਨਾਂ ਕੀ ਤੁਹਾਡਾ? ਪ੍ਰਗਟ ਸਿੰਘ ਜੀ। ਹੈਂ? ਪ੍ਰਗਟ ਸਿੰਘ ਸਰਪੰਚ। ਪ੍ਰਗਟ ਸਿੰਘ ਸਰਪੰਚ ਹੋ? ਹਾਂਜੀ। ਅੱਛਾ, ਮੌਜੂਦਾ ਸਰਪੰਚ ਹੋ? ਹਾਂਜੀ ਹਾਂਜੀ। ਚਲੋ ਮੁਬਾਰਕਾਂ, ਤੁਸੀਂ ਮੌਜੂਦਾ ਸਰਪੰਚ ਹੋ। ਅਤੇ ਇਹ ਕੋਰੀਡੋਰ ਆਏ ਹੋ, ਕੀ ਕਹਿਣਾ ਚਾਹੁੰਦੇ ਕੋਰੀਡੋਰ ਲਈ? ਸਰ, ਇਹ 'ਚ ਦੋਵਾਂ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਹਾਂਜੀ ਹਾਂਜੀ। ਸਾਨੂੰ ਬਾਬੇ ਨਾਨਕ ਦੇ ਦਰਸ਼ਨ ਹੋਏ। ਵਾਹ ਜੀ ਵਾਹ। ਅਤੇ ਲੱਖ ਲੱਖ ਸ਼ੁਕਰ ਇਹਨਾਂ ਦਾ, ਖਾਸ ਕਰਕੇ ਸਿੱਧੂ ਸਾਹਿਬ ਦਾ ਜੀ। ਹਾਂਜੀ ਹਾਂਜੀ। ਦਰਸ਼ਨ ਸੰਗਤਾਂ ਨੂੰ ਇਮਰਾਨ ਖਾਨ ਨੂੰ ਕਰ ਦਿਓ ਬੇਨਤੀ ਇੱਕ ਵਾਰੀ ਫਿਰ, ਜਰਾ ਸਾਰੀਆਂ ਸੰਗਤਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਾਨੂੰ ਬਿਨਾਂ ਵੀਜ਼ਾ, ਮੋਦੀ ਸਾਹਿਬ ਨੂੰ ਵੀ ਕਰ ਦਿਓ ਆਪਣੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨੀ ਕਿ ਸਾਨੂੰ ਬਿਨਾਂ ਵੀਜ਼ਾ ਤੋਂ, ਬਿਨਾਂ ਪਾਸਪੋਰਟ ਤੋਂ ਸਾਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਹੈ, ਤਾਂ ਕਿ ਅਸੀਂ ਬਾਬੇ ਨਾਨਕ ਦੇ ਦਰਸ਼ਨ ਕਰ ਸਕੀਏ। ਬਹੁਤ ਅੱਛੀ ਗੱਲ। ਅੱਛਾ, ਤੁਸੀਂ ਜਦੋਂ ਦੇ ਸਰਪੰਚ ਬਣੇ ਆ? ਹਾਂਜੀ, ਮੇਰੇ ਖਿਆਲ ਡੇਢ ਸਾਲ ਤਾਂ ਹੋ ਗਿਆ ਨਾ, ਸਵਾ ਕੁ ਸਾਲ। ਕੀ ਕੀ ਡਿਵੈਲਪਮੈਂਟ ਦਾ ਕੰਮ ਕੀਤਾ ਇਸ ਇਲਾਕੇ ਦੇ? ਸਰ, ਇੱਥੇ ਡਿਵੈਲਪਮੈਂਟ ਤਾਂ ਇਹੋ ਹੀ ਹੈ, ਹੋਰ ਕੋਈ ਖਾਸ ਡਿਵੈਲਪਮੈਂਟ ਨਹੀਂ ਹੋਈ। ਕੋਈ ਅਮਰਿੰਦਰ ਨੇ ਸਰਕਾਰ ਨੇ ਪੈਸੇ ਪੂਸੇ ਨਹੀਂ ਦਿੱਤੇ ਤੁਹਾਨੂੰ? ਪਿੰਡਾਂ ਵਿੱਚ ਕੋਈ ਡਿਵੈਲਪਮੈਂਟ ਦਾ ਕਾਰਨ ਨਹੀਂ। ਅੱਛਾ, ਪਿੰਡਾਂ ਨੇ ਅਜੇ ਕੁਛ ਨਹੀਂ ਹੈਗਾ। ਚਲੋ ਵਧੀਆ ਵਧੀਆ। ਹਾਂਜੀ, ਤੁਹਾਡਾ ਨਾਂ ਕੀ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜੰਗ ਬਹਾਦਰ ਸਿੰਘ ਅੰਮ੍ਰਿਤਸਰ ਤੋਂ ਆਏ ਜੀ ਦਰਸ਼ਨ ਮੇਲੇ ਕਰਨ। ਅੱਛਾ, ਅੰਮ੍ਰਿਤਸਰ ਤੋਂ? ਹਾਂਜੀ। ਪਹਿਲੀ ਵਾਰੀ ਆਏ ਜੰਗ ਬਹਾਦਰ ਜੀ? ਨਹੀਂ, ਪਹਿਲਾਂ ਵੀ ਆਏ ਸੀ, ਪਰ ਜੇ ਕੋਰੀਡੋਰ ਬਣਨ ਤੋਂ ਬਾਅਦ ਪਹਿਲੀ ਵਾਰੀ ਆਏ ਹਾਂ ਦਰਸ਼ਨ ਕਰ ਰਹੇ ਹਾਂ। ਰੌਣਕ ਮੇਲਾ ਦੇਖਿਆ ਚੰਗਾ ਹੁਣ ਤਾਂ? ਸੰਗਤਾਂ ਆ ਰਹੀਆਂ, ਦਰਸ਼ਨ ਮੇਲੇ ਕਰ ਰਹੀਆਂ, ਖੁਸ਼ੀਆਂ ਲੈ ਰਹੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ। ਅਤੇ ਅਸੀਂ ਆਸ ਕਰਦੇ ਹਾਂ ਕਿ ਜੋ ਪਾਸਪੋਰਟ ਆ ਨਾ, ਉਹ ਲਾਜ਼ਮੀ ਹੈ, ਤਾਂ ਉਹ ਹਟਾਇਆ ਜਾਵੇ ਅਤੇ ਸਾਰੀ ਸੰਗਤਾਂ ਹੋਰ ਖੁੱਲ੍ਹੇ ਦਰਸ਼ਨ ਕਰ ਸਕਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਕੀ ਕੰਮ ਕਰ ਕੀ ਕਰਦੇ ਤੁਸੀਂ? ਮੈਂ ਇਲੈਕਟ੍ਰੀਕਲ ਦਾ ਕਰਦਾ ਜੀ, ਕੱਪੜੇ ਦੀ ਮਿੱਲ ਵਿੱਚ। ਹੈ? ਕੱਪੜੇ ਦੀ ਮਿੱਲ ਵਿੱਚ ਇਲੈਕਟ੍ਰੀਕਲ ਸੁਪਰਵਾਈਜ਼ਰ। ਚਲੋ ਵਧੀਆ ਵਧੀਆ, ਬਹੁਤ ਅੱਛਾ ਬਹੁਤ ਅੱਛਾ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਥੈਂਕ ਯੂ ਥੈਂਕ ਯੂ। ਹਾਂਜੀ ਹਾਂਜੀ, ਤੁਹਾਡਾ ਨਾਂ ਕੀ ਮੈਡਮ? ਗੁਰਵਿੰਦਰ ਕੌਰ। ਕੀ ਕਰਦੇ ਹੋ ਮੈਡਮ? ਮਨ ਖੁਸ਼ ਹੋ ਗਿਆ? ਅੱਛਾ ਅੱਛਾ, ਚਲੋ ਕੀ ਦੇਖੇ? ਬਾਬਾ ਨਾਨਕ ਗਾੜੀਆਂ ਦਰਸ਼ਨ ਕਰਾਏ, ਬਾਬਾ ਨਾਨਕ ਦੀ ਕਿਰਪਾ ਹੋਏਗੀ। ਪਾਸਪੋਰਟ ਬਣਿਆ ਕਿ ਨਹੀਂ? ਪਾਸਪੋਰਟ ਬਣਾਓ, ਫਿਰ ਜਰਾ ਦਰਸ਼ਨ ਜਲਦੀ ਹੋ ਜਾਂਦੇ। ਹਾਂਜੀ ਹਾਂਜੀ ਭਾਈ ਸਾਹਿਬ, ਕੀ ਨਾਂ ਤੁਹਾਡਾ? ਗੁਰਮੁਖ ਸਿੰਘ। ਵਾਹਿਗੁਰੂ ਜੀ। ਵਾਹ ਜੀ, ਨਾਮ ਬੜਾ ਪਿਆਰਾ, ਗੁਰਮੁਖ ਸਿੰਘ, ਕੀ ਬਾਤ ਹੈ। ਕੀ ਕਰਦੇ ਹੋ ਗੁਰਮੁਖ ਜੀ? ਮੈਂ ਜੀ ਕਾਰ ਮਕੈਨਿਕ। ਵਾਹ ਜੀ ਵਾਹ, ਕਿੱਥੇ ਰਹਿੰਦੇ ਹੋ? ਮੈਂ ਰਹਿੰਦਾ ਸਰਕੋਟ ਦਾ, ਮਕੈਨਿਕ ਅੰਮ੍ਰਿਤਸਰ। ਅੱਛਾ ਅੱਛਾ, ਵਧੀਆ। ਅੱਜ ਕੋਰੀਡੋਰ ਪਹਿਲੀ ਵਾਰੀ ਆਏ ਹੋ? ਨਹੀਂ ਜੀ, ਅੱਗੇ ਵੀ ਦਰਸ਼ਨ ਕਰ ਗਏ, ਮੈਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਆਇਆ ਤਾਂ 2 ਮਹੀਨੇ ਪਹਿਲਾਂ। ਅੱਛਾ, ਉਧਰ ਪਾਕਿਸਤਾਨ ਜਾਏ ਹੋ? ਦਸੰਬਰ 'ਚ ਹੋ ਆਏ ਹਾਂ। ਚਲੋ ਵਧੀਆ। ਕੌਣ ਕੌਣ ਗਿਆ ਸੀ ਨਾਲ ਤੁਹਾਡੇ? ਮੈਂ ਆਪਾਂ 7-8 ਜੀ ਹੈਗੇ ਹਾਂ ਆਪਣੇ ਵਾਸਤੇ। ਅੱਛਾ, ਚਲੋ ਉੱਧਰ ਲਈ ਕੀ ਤੁਹਾਡਾ ਤਜਰਬਾ ਰਿਹਾ, ਦੱਸੋ ਸਾਡੇ ਦਾ। ਬਹੁਤ ਵਧੀਆ ਰਿਹਾ, ਕਿਸੇ ਤਰ੍ਹਾਂ ਦੀ ਕੋਈ ਮਤਲਬ, ਬਹੁਤ ਉਹਨਾਂ ਪਿਆਰ ਦਿੰਦੇ ਨੇ, ਬਹੁਤ ਮਤਲਬ ਗੱਲਬਾਤ ਕਰਨ 'ਚ ਹਰ ਪੱਖੋਂ ਸਹੀ ਹਨ। ਹਾਂਜੀ, ਕਿਸੇ ਤਰ੍ਹਾਂ ਦੀ ਉੱਥੇ ਜਾ ਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ। ਸਿਰਫ ਇਹੋ ਆ ਕਿ ਹੁਣ ਜਿਸ ਤਰ੍ਹਾਂ ਇੱਕ ਇੱਕ ਜੀ ਦੇ ਪਾਸਪੋਰਟ ਬਣੇ ਆ, ਸਾਰੇ ਜੀ ਜਿੱਦਾਂ ਹੁਣ ਪਾਸਪੋਰਟ ਬਣਾਉਣ 'ਤੇ ਖਰਚੇ ਜ਼ਿਆਦਾ ਹੋਣ ਕਰਕੇ ਸਾਰੇ ਜੀ ਨਹੀਂ ਗਏ, ਅਸੀਂ ਦੋ ਜੀ ਆਪਣੇ ਘਰ ਦੇ ਹੋ ਕੇ ਆਏ, ਬਾਕੀ ਮੀਆਂ ਬੀਬੀ ਗਏ। ਹਾਂਜੀ ਅੱਛਾ, ਚਲੋ ਵਧੀਆ ਵਧੀਆ। ਅਤੇ ਹੋਰ ਉੱਥੇ ਜਿਹੜਾ ਹੈਗਾ ਕੀ ਦੇਖਿਆ ਸੀ ਤੁਸੀਂ? ਗੁਰਦੁਆਰਾ ਸਾਹਿਬ, ਹਾਂਜੀ, ਦਰਸ਼ਨ ਕੀਤੇ, ਬਹੁਤ ਵਧੀਆ ਉਹਨਾਂ ਨੇ ਬਣਾਇਆ ਪਹਿਲਾਂ ਨਾਲੋਂ, ਪਹਿਲਾਂ ਦੇ ਦੱਸਦੇ ਉੱਥੇ ਛੋਟਾ ਸੀ ਗੁਰਦੁਆਰਾ, ਹੁਣ ਤਾਂ ਕਾਫੀ ਵੱਡਾ ਵਧੀਆ, ਹਰ ਚੀਜ਼ ਦੀ ਕਿਸੇ ਤਰ੍ਹਾਂ ਦੀ ਉੱਥੇ ਦਿੱਕਤ ਨਹੀਂ ਹੈਗੀ। ਹਾਂਜੀ ਹਾਂਜੀ, ਰੋਟੀ ਪਾਣੀ, ਲੰਗਰ ਪਾਣੀ ਦਾ ਹਰ ਚੀਜ਼ ਦਾ ਪ੍ਰਬੰਧ ਵਧੀਆ ਕੀਤਾ ਹੋਇਆ। ਚਲੋ ਵਧੀਆ। ਜਿਹੜੇ ਦਰਸ਼ਕ ਜਾਣਾ ਚਾਹੁੰਦੇ ਹੈਗੇ ਆ, ਉਹ ਕੁਛ ਕੁ ਮੈਨੂੰ ਕਹਿੰਦੇ ਹੈਗੇ ਵੀ ਪਾਸਪੋਰਟ ਤੇ ਸਟੈਂਪ ਲੱਗਦੀ, ਕੋਈ ਲੱਗਦੀ ਕਿ ਨਹੀਂ? ਉਹ ਵੀ ਤੁਹਾਡੇ ਪਾਸਪੋਰਟ ਤੇ ਕਿਸੇ ਤਰ੍ਹਾਂ ਦੀ ਸਟੈਂਪ ਨਹੀਂ ਲੱਗਦੀ। ਹਾਂਜੀ, ਉਹ ਅਲੱਗ ਦਿੰਦੇ ਨੇ ਜਿਹੜਾ ਆਪਣਾ ਕੰਪਿਊਟਰ ਵਾਲਾ ਫਾਰਮ, ਉਸ ਤੇ ਲੱਗਦੀ ਹੈ ਪੀਟੀਏ ਫਾਰਮ। ਹਾਂ ਹਾਂਜੀ, ਸਿਰਫ ਜਿਹੜਾ ਪਾਸਪੋਰਟ ਹੈ ਉਹ ਇੱਕ ਆਇਡੈਂਟੀਫਿਕੇਸ਼ਨ ਲਈ ਰੱਖਦੇ ਨੇ ਕਿ ਜਿਹੜਾ। ਹਾਂਜੀ ਹਾਂਜੀ ਹਾਂਜੀ, ਚਲੋ ਕਰਕੇ, ਚਲੋ ਵਧੀਆ ਬਹੁਤ ਵਧੀਆ। ਹਾਂਜੀ, ਤੁਹਾਡਾ ਨਾਂ ਕੀ ਭਾਈ ਸਾਹਿਬ? ਮਨਦੀਪ ਸਿੰਘ ਜੀ। ਕੀ ਕਰਦੇ ਹੋ ਮਨਦੀਪ ਜੀ? ਬਿਜਲੀ ਬੋਰਡ ਲਾਈਨਮੈਨ। ਅੱਛਾ, ਵਧੀਆ ਵਧੀਆ, ਤੁਹਾਡੇ ਕੋਲ ਤਾਂ ਬੜੀ ਪਾਵਰ ਹੈ, ਜਿਹਦੀ ਮਰਜ਼ੀ ਲਾਈਨ ਕੱਟਦੇ ਹੋ। ਕਦੀ ਜਾਣ ਬੁੱਝ ਕੇ ਵੀ ਲਾਈਨ ਕੱਟੀ ਕਿਸੇ? ਜਿਹੜਾ ਬਿੱਲ ਨਹੀਂ ਦੱਸਦਾ ਉਹਦੀ। ਅੱਛਾ, ਕੋਰੀਡੋਰ ਪਹਿਲੀ ਵਾਰੀ ਆਏ ਹੋ? ਨਹੀਂ ਜੀ, ਅਸੀਂ ਲੋਕਲ ਹੀ ਇੱਥੋਂ ਦੇ ਰਹੇ। ਲੋਕਲ? ਅੱਛਾ, ਕਿਹੜਾ ਪਿੰਡ ਆ? ਡੈਡੀ ਜੀ ਨੇ ਮੇਰੇ। ਅੱਛਾ, ਉਹ ਅੱਛਾ, ਵਧੀਆ 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 ਵਧੀਆ। ਚਲੋ ਵਧੀਆ, ਇਹ ਇਲਾਕਾ ਤਾਂ ਡਿਵੈਲਪ ਹੋ ਜਾਏਗਾ ਹੁਣ ਚੰਗਾ।
ਵੇਖੋ ਜੀ ਹੁੰਦਾ ਹੈ ਕਿ ਜਾਂ ਨਹੀਂ ਹੁੰਦਾ ਹੁਣ ਤੇ ਕੰਮ ਰੁਕ ਗਿਆ ਜਿੱਥੇ ਰੁਕਿਆ ਸੀ ਹਾਂ ਹਾਂਜੀ ਚਲੋ ਵਧੀਆ ਵਧੀਆ ਚਲੋ ਆਸਰਾ ਕਰਦੇ ਹਾਂ ਇਲਾਕਾ ਡਿਵੈਲਪ ਹੋਇਆ ਹਾਂਜੀ ਤੁਹਾਡਾ ਨਾਂ ਕੀ ਹੈ ਭਾਈ ਸਾਹਿਬ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਕੀ ਕਰਦੇ ਹੋ ਰਣਜੀਤ ਜੀ ਦਿਹਾੜੀਦਾਰ ਜੀ ਅੱਛਾ ਦਿਹਾੜੀਦਾਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਾਸਪੋਰਟ ਬਗੈਰ ਫਿਰ ਹੋ ਜਾਵੇ ਤੇ ਫਿਰ ਤੁਹਾਡੇ ਵਰਗੇ ਲੋਕੀ ਵੀ ਜਾ ਸਕਦੇ ਚਲੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ